सुरेश जी नमस्कार। नमस्कार जी। तो जिवें सानू फिस्टुला की प्रॉब्लम सी, हाँ जी, तो थोड़ा केस बहुत ज़्यादा बिगड़ा हुआ सी, हाँ जी हाँ जी, तो हूँ परमात्मा की कृपा ना तुसी ठीक हो। हाँ जी ठीक है, ठीक है। मैं चाहना कि तुसी अपना जो एक्सपीरियंस है, हाँ जी, वो लोगों नाल शेयर करो, ठीक, तो उन्होंने एक मैसेज दो अपने वल। ठीक है जी। मैं सुरेश यादव लुधियाने तो बोल रहा जी। मैं बहुत ही माड़ी कंडीशन से राणा हॉस्पिटल आया सीगा। मेरा बहुत बुरा हाल सीगा, इन्ना का कंडीशन मेरी माड़ी सी। मैं लुधियाने से चंगे चंगे हॉस्पिटल से दिखाया सीगा, जेडे कहंदे कमांदे ब्रांड, और इस कंडीशन से मैं आया सी इत्थे। मेरा इन्ना बुरा हाल सीगा, इन्होंने ट्रीटमेंट किया राणा हॉस्पिटल सरहिंद तो। अज की डेट से मैं बिल्कुल सही है, फिट है, और मैं इस स्टेज तक चला गया ही। मैं लगता ही मैं शायद जिंदगी मेरी नहीं रहूगी, और अज मैं बिल्कुल ठीक है, स्वस्थ है। ਜਦੋਂ ਤੁਸੀਂ ਉੱਥੇ ਲੁਧਿਆਣੇ 'ਚ ਕਿਸੇ ਬੜੇ ਹੋਸਪਿਟਲ 'ਚ ਦਿਖਾਉਣ ਗਏ ਸੀਗੇ, ਹਾਂਜੀ, ਤਾਂ ਤੁਸੀਂ ਉਹਨਾਂ ਨੇ ਤੁਹਾਨੂੰ ਚੈੱਕ ਕੀਤਾ, ਹਾਂਜੀ, ਅਤੇ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਕੀ ਟ੍ਰੀਟਮੈਂਟ ਗਾਈਡ ਕੀਤਾ ਸੀਗਾ? ਉਹ ਟ੍ਰੀਟਮੈਂਟ ਇੱਥੇ ਤੱਕ ਕਿ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡਾ ਪੇਟ ਫਾੜਨਾ ਪਏਗਾ, ਤੁਹਾਡਾ ਪੇਟ ਫਾੜ ਕੇ ਇੱਕ ਥੈਲੀ ਅਸੀਂ ਬਾਹਰ ਲਟਕਾਵਾਂਗੇ, ਉਹ ਪੋਟੀ ਦਾ ਰਸਤਾ ਅਲੱਗ ਤੋਂ ਦੇਵਾਂਗੇ। ਅੱਛਾ, ਪੋਟੀ ਦਾ ਰਸਤਾ ਤੁਹਾਡਾ ਉਹ ਪੇਟ 'ਤੇ ਲਗਾ ਲੈਣਾ? ਪੇਟ ਤੋਂ ਦੇ ਰਹੇ ਸੀ, ਥੈਲੀ ਬਾਹਰ ਲਗਾਉਂਦੇ, ਉਹ ਥੈਲੀ ਮੈਨੂੰ ਰੋਜ਼ ਸਵੇਰੇ ਉੱਠ ਕੇ ਸਾਫ਼ ਕਰਨੀ ਪੈਂਦੀ, ਔਰ ਉਹਨਾਂ ਨੇ ਮੈਨੂੰ 3 ਮਹੀਨੇ ਤਾਂ ਬੈੱਡ ਰੈਸਟ ਲਈ ਕਿਹਾ ਸੀਗਾ, ਬਿਲਕੁਲ ਬੈੱਡ 'ਤੇ ਰਹਿਣਾ 3 ਮਹੀਨੇ। ਅੱਛਾ ਜੀ। ਔਰ ਇਹ ਵੀ ਸੀ ਮੈਨੂੰ ਆਪਣੇ ਪਰਿਵਾਰ ਤੋਂ ਵੀ ਅਲੱਗ ਰਹਿਣਾ ਪੈਂਦਾ, ਅਲੱਗ ਕਮਰਾ ਮੇਰਾ ਹੁੰਦਾ, ਹਾਂਜੀ ਹਾਂਜੀ, ਕਿਉਂਕਿ ਸਾਫ਼ ਸਫਾਈ ਬਹੁਤ ਧਿਆਨ, ਕਮਰੇ 'ਚ ਪਰਿਵਾਰ ਨਾਲ ਰਹਿ ਨਹੀਂ ਸਕਦਾ ਸੀਗਾ, ਕਿਉਂਕਿ ਥੈਲੀ ਲੱਗੀ ਹੁੰਦੀ ਸਮੈਲ ਵੀ ਆਉਂਦੀ ਹੈ। ਹਾਂਜੀ ਹਾਂਜੀ। ਅਤੇ ਉਸ ਕੰਡੀਸ਼ਨ 'ਚੋਂ ਮੈਂ ਨਿਕਲ ਕੇ ਆਇਆ ਇੱਥੋਂ। ਜਦੋਂ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਤੁਹਾਡਾ ਪੇਟ ਖੋਲ ਕੇ ਜਿਹੜਾ ਲੈਟਰਿੰਗ ਦਾ ਰਸਤਾ ਤੁਹਾਡੇ ਪੇਟ 'ਤੇ ਲਗਾਉਣਾ ਪਊਗਾ, ਹਾਂਜੀ, ਤੁਹਾਨੂੰ ਤੁਸੀਂ ਤਾਂ ਡਰ ਗਏ ਹੋਣੇ ਅੰਦਰੋਂ? ਸਰ ਜੀ, ਮੇਰੀ ਸਮਝ ਮੇਰੇ ਪ੍ਰਾਣ ਨਿਕਲ ਗਏ ਸੀ ਉਸ ਸਮੇਂ। ਅੱਛਾ ਜੀ। ਹਾਂ, ਮੈਨੂੰ ਲੱਗਾ ਵੀ ਮੈਂ ਹਜੇ ਮੇਰੀ ਉਮਰ ਕੀ ਹੈ, ਅਤੇ ਮੈਨੂੰ ਲੱਗਾ ਕਿ ਮੈਂ ਬੜੀ ਛੋਟੀ ਉਮਰ 'ਚ ਚਲਾ ਜਾਵਾਂ ਸ਼ਾਇਦ ਦੁਨੀਆ ਤੋਂ। ਉਮੀਦ ਨਾ ਉਮੀਦ ਹਾਂ, ਕਿਉਂਕਿ ਮੈਂ ਉਹਨਾਂ ਤੋਂ ਪੁੱਛਿਆ ਵੀ ਸੀਗਾ, ਮੈਂ ਕਿਹਾ ਮੇਰੀ ਮਤਲਬ ਇਹ ਤੁਸੀਂ ਕਰੋਗੇ ਇਹਦੇ ਸਕਸੈਸ ਰੇਟ ਕਿੰਨਾ, ਕਿੰਨਾ ਪਰਸੈਂਟ ਚਾਂਸ ਹੈਗਾ ਵੀ ਇਹ ਸਕਸੈਸ ਹੋਊਗਾ? ਹਾਂਜੀ ਹਾਂਜੀ। ਕੋਈ ਵੀ ਐਡਾ ਬੜਾ ਟ੍ਰੀਟਮੈਂਟ ਕਰਾਉਣਾ, ਹਰੇਕ ਪੇਸ਼ੈਂਟ ਦੇ ਦਿਮਾਗ 'ਚ ਸਭ ਤੋਂ ਪਹਿਲੇ ਇਹੀ ਗੱਲ ਆਉਂਦੀ ਕਿ ਮੈਂ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਠੀਕ ਹੋ ਜਾਊਂਗਾ। ਹਾਂਜੀ, ਉਹਨਾਂ ਦੇ ਡਾਕਟਰ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਮੈਨੂੰ ਕਿਹਾ ਇਹਦਾ 50-60% ਚਾਂਸ ਗਿਆ ਵਾ। ਅੱਛਾ, ਐਡਾ ਬੜਾ ਪ੍ਰੋਸੀਜਰ ਕਰਨ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ 50% ਚਾਂਸ ਹੈ ਵੀ ਤੁਸੀਂ ਠੀਕ ਹੋ ਸਕਦੇ, 50% ਵੀ ਨਾ ਠੀਕ ਹੋਗੀ, ਨਾ ਠੀਕ। ਅੱਛਾ ਜੀ। ਹਾਂ, ਫਿਰ ਕੀ ਹੋਇਆ? ਫਿਰ ਸਰ ਮੈਂ, ਫਿਰ ਤੁਸੀਂ ਕੀ ਡਿਸੀਜਨ ਲਿਆ? ਡਿਸੀਜਨ ਮੈਂ ਤਾਂ ਮਤਲਬ ਉਸ ਸਮੇਂ ਬਹੁਤ ਘਬਰਾ ਗਿਆ ਸੀਗਾ। ਤੁਹਾਨੂੰ ਦਾਖਲ ਕਰ ਲਿਆ ਉਹਨਾਂ ਨੇ? ਹਾਂ, ਦਾਖਲ ਤਾਂ ਮੈਂ ਸੀਗੇ, 2 ਦਿਨ ਤੋਂ ਐਡਮਿਟ ਸੀ ਮੈਂ ਉੱਥੇ। 2 ਦਿਨ ਤੋਂ ਉੱਥੇ ਸੀਗੇ? ਹਾਂ, 2 ਦਿਨ ਤੋਂ ਐਡਮਿਟ ਸੀਗਾ ਉੱਥੇ। ਠੀਕ ਹੈ। ਸਵੇਰੇ ਓਪਰੇਟ ਦੀ ਬਲਕਿ ਤਿਆਰੀ ਕਰ ਰਹੇ ਸੀਗੇ ਉਹ। ਠੀਕ ਹੈ ਜੀ। ਅਤੇ ਮੇਰੇ ਮਨ 'ਚ ਸੀ ਇੰਨਾ ਵੱਡਾ ਆਪਰੇਸ਼ਨ ਮੈਂ ਕਰਵਾਉਣ ਜਾ ਰਿਹਾ ਇਹਨਾਂ ਤੋਂ। ਹਾਂਜੀ ਹਾਂਜੀ। ਅਤੇ ਇਸ ਤੋਂ ਪਹਿਲਾਂ ਮੈਂ ਕਿਸੇ ਹੋਰ ਡਾਕਟਰਾਂ ਵੀ ਕੰਸਲਟ ਕਰਨਾ, ਜੇਕਰ ਮੈਂ ਇਹੀ ਕਰਵਾਉਣਾ ਹੋਊਗਾ ਜੇ ਲਾਸਟ ਸਟੇਜ ਹੈ, ਹਾਂਜੀ ਹਾਂਜੀ, ਫਿਰ ਮੈਂ ਚਾਹੇ ਉਹਨਾਂ ਤੋਂ ਕਰਵਾ ਲੂੰਗਾ। ਹਾਂਜੀ ਹਾਂਜੀ। ਪਰ ਇਸ ਤੋਂ ਜੇ ਇੰਨੀ ਵੱਡੀ ਮੈਂ ਆਪਰੇਸ਼ਨ ਕਰਵਾਉਣਾ ਤਾਂ ਕਿਸੇ ਹੋਰ ਜਗ੍ਹਾ ਤੋਂ ਵੀ ਸਲਾਹ ਲੈਂਦਾ, ਉਸ ਤੋਂ ਬਾਅਦ ਹੀ ਕਰਵਾਉਂਗਾ। ਬਹੁਤ ਵੱਡਾ ਫੈਸਲਾ ਹੈ ਜ਼ਿੰਦਗੀ ਦਾ। ਅਤੇ ਮੈਂ ਲੁਧਿਆਣਾ 'ਚ 2 ਜਗ੍ਹਾ ਹੋਰ ਵੀ ਕੰਸਲਟ ਕੀਤਾ ਡਾਕਟਰਾਂ ਨਾਲ। ਅੱਛਾ ਜੀ। ਅਤੇ ਇਸ ਤਰ੍ਹਾਂ ਤਰੀਕੇ ਨਾਲ ਜਿਸ ਹਿਸਾਬ ਨਾਲ ਉਸ ਹੋਸਪਿਟਲ 'ਚ ਮੈਨੂੰ ਦੱਸਿਆ ਸੀ ਟ੍ਰੀਟਮੈਂਟ ਕਰਨ ਲਈ, ਹਾਂਜੀ ਹਾਂਜੀ, ਉਸ ਹਿਸਾਬ ਨਾਲ ਮੈਨੂੰ ਅਗਲਾ ਅਲੱਗ 2-3 ਜਗ੍ਹਾ ਤੋਂ ਮੈਂ ਕੰਸਲਟ ਕੀਤਾ, ਉਹਨਾਂ ਨੇ ਮੈਨੂੰ ਇਸ ਤਰੀਕੇ ਨਾਲ ਨਹੀਂ ਕਿਹਾ। ਠੀਕ ਹੈ। ਉਹਨਾਂ ਨੇ ਨੋਰਮਲੀ ਓਪਰੇਟ ਕਰਨ ਲਈ ਕਿਹਾ। ਓਕੇ। ਅਤੇ ਫਿਰ ਨੋਰਮਲੀ ਜੇ ਅਗਰ ਓਪਰੇਟ ਕਰਵਾਉਣਾ ਸੀਗਾ, ਫਿਰ ਮੈਂ ਸਭ ਤੋਂ ਬੈਸਟ ਰਾਣਾ ਹੋਸਪਿਟਲ ਸਰਹਿੰਦ ਨੂੰ ਸਮਝਿਆ। ਤੁਸੀਂ ਰਾਣਾ ਹੋਸਪਿਟਲ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ? ਇਹ ਮੇਰਾ ਲੁਧਿਆਣੇ 'ਚ ਕਿਸੇ ਮੈਨੂੰ ਬੰਗੋਲੀ ਡਾਕਟਰ ਨੇ ਦੱਸਿਆ ਸੀਗਾ। ਅੱਛਾ ਜੀ। ਉਹਨੇ ਆਪਣਾ ਟ੍ਰੀਟਮੈਂਟ ਖੁਦ ਉੱਥੇ ਇੱਥੋਂ ਰਾਣਾ ਹੋਸਪਿਟਲ ਤੋਂ ਕਰਵਾਇਆ ਸੀ। ਅੱਛਾ ਅੱਛਾ। ਅਤੇ ਉਹਦੇ ਰੈਫਰੈਂਸ ਨਾਲ ਮੈਂ ਇੱਥੇ ਆਇਆ ਸੀਗਾ। ਠੀਕ ਹੈ। ਹਾਂ, ਇੱਥੇ ਫਿਰ ਤੁਸੀਂ ਰਾਣਾ ਹੋਸਪਿਟਲ 'ਚ ਆਏ, ਆਪਣੇ ਫਿਸ਼ਲਾ ਦਾ ਟ੍ਰੀਟਮੈਂਟ ਕਰਵਾਇਆ। ਹਾਂਜੀ। ਫਿਰ ਤੁਸੀਂ ਇੱਥੇ ਆ ਕੇ ਡਾਕਟਰਾਂ ਨੂੰ ਮਿਲੇ, ਇੱਥੇ ਵੀ ਤੁਹਾਨੂੰ ਟ੍ਰੀਟਮੈਂਟ ਬਾਰੇ ਗਾਈਡ ਕੀਤਾ ਗਿਆ। ਹਾਂਜੀ। ਅਤੇ ਤੁਸੀਂ ਆਪਣਾ ਟ੍ਰੀਟਮੈਂਟ ਕਰਾਇਆ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ? ਨੋ ਨੋ ਨੋ, ਮੈਂ ਆਪਰੇਸ਼ਨ ਕਰਵਾਉਣ ਤੋਂ ਜਿਸ ਤੋਂ ਮੈਂ ਹੋਸ਼ 'ਚੋਂ ਆਇਆ ਆਪਰੇਸ਼ਨ, ਮੈਨੂੰ ਉਸ ਟਾਈਮ ਵੀ ਬੜਾ ਰਿਲੀਫ ਲੱਗਿਆ। ਠੀਕ ਹੈ। ਮੈਂ ਦੇਖਿਆ ਆਪਣੇ ਆਪ ਨੂੰ, ਮੈਂ ਬੜਾ ਅੱਛਾ ਮਹਿਸੂਸ ਕਰ ਰਿਹਾ ਸੀਗਾ, ਮੈਨੂੰ ਲੱਗਿਆ ਮੈਂ ਬਹੁਤ ਜਲਦੀ ਠੀਕ ਹੋ ਜਾਊਂਗਾ। ਹੁਣ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀਗਾ ਵੀ ਹਾਂ ਜੀ ਪੇਟ ਤੋਂ ਲੈਟਰਿੰਗ ਦਾ ਰਸਤਾ ਲਗਾਉਣਾ ਪਏਗਾ, ਤੁਹਾਡਾ ਵੱਡਾ ਆਪਰੇਸ਼ਨ ਹੋਏਗਾ, ਵੀ ਲੈਟਰਿੰਗ ਦਾ ਰਸਤਾ ਪੇਟ 'ਤੇ ਲਗਾਉਣਾ ਪਏਗਾ, ਫਿਰ 3 ਮਹੀਨੇ ਬਾਅਦ ਫਿਰ ਦੁਬਾਰਾ ਤੋਂ ਪੇਟ ਦਾ, ਪੇਟ ਖੋਲ੍ਹ ਕੇ ਰਸਤਾ ਦੁਬਾਰਾ ਉੱਧਰ ਨੂੰ ਸ਼ੁਰੂ ਕਰਨਾ ਪਏਗਾ, ਉਹ ਸਾਰੇ ਕੰਮ ਤਾਂ ਨਹੀਂ ਕਰਨੇ ਪਏ ਤੁਹਾਨੂੰ ਉੱਥੇ ਰਾਣਾ ਹੋਸਪਿਟਲ 'ਚ? ਬਿਲਕੁਲ ਜੀ, ਬਿਲਕੁਲ ਨਹੀਂ, ਇਹ ਤਾਂ ਨੋਰਮਲੀ ਆਪਰੇਟ ਹੋਇਆ ਮੇਰਾ, ਔਰ ਮੈਨੂੰ ਪਤਾ ਹੀ ਲੱਗਾ ਕਿ ਮੇਰਾ ਆਪਰੇਸ਼ਨ ਹੋਇਆ। ਹਾਂਜੀ ਹਾਂਜੀ। ਹੁਣ ਜਿਵੇਂ ਉਹ ਤੁਸੀਂ ਐਡੇ ਬੜਾ ਪ੍ਰੋਸੀਜਰ ਹੋਣਾ ਸੀ ਕਿਤੇ, ਅਤੇ ਹੁਣ ਕਿਤੇ ਇਹੋ ਜਿਹਾ ਕੋਈ ਚੱਕਰ ਪਿਆ ਹੀ ਨਹੀਂ ਹੈਗਾ, ਨੋਰਮਲ ਆਪਰੇਸ਼ਨ ਕਰਾ ਕੇ ਤੁਸੀਂ ਐਡਵਾਂਸ ਟੈਕਨੋਲੋਜੀ ਨਾਲ ਜਿਵੇਂ ਆਪਰੇਸ਼ਨ ਹੋਇਆ, ਤਾਂ ਉਹ ਸਭ ਚੀਜ਼ਾਂ ਦੀ ਲੋੜ ਨਹੀਂ ਪਈ ਹੈਗੀ, ਤੁਸੀਂ ਹੁਣ ਕਿਵੇਂ ਫੀਲ ਕਰਦੇ ਹੋ ਉਸ ਚੀਜ਼ ਨੂੰ? ਹਾਂਜੀ, ਮੈਂ ਪਰਮਾਤਮਾ ਦਾ ਅੱਗੇ ਅਰਦਾਸ ਕਰਦਾ ਕਿ ਇਸ ਤਰ੍ਹਾਂ ਦੇ ਡਾਕਟਰਾਂ ਨੂੰ, ਇਸ ਤਰ੍ਹਾਂ ਦੇ ਹੋਸਪਿਟਲਾਂ ਨੂੰ ਬਹੁਤ ਤਰੱਕੀ ਦੇਵੇ, ਤਾਂ ਕਿ
लोग जोड़े भी कोई परेशान है ये सोर्ट कुछ होस्पिटल च आन अपना ट्रीटमेंट करान ते अपना खुशी खुशी अपने घर जाएंगे। ठीक है, जिमें कि आप भाई साहब ना गल की इन्होंने दसिया कि फिस्टुला भी इन्होंने प्रॉब्लम थी तो वह इन्नी ज़्यादा बढ़ चुकी थी। इन्होंने व्डे व्डे होस्पिटलों के दिखाया जिथे कि बहुत व्डा प्रोसीजर गाइड किया गया कि इन्हों की भी इन्हों का लैटरिन का रास्ता जोड़ा वो पेट तो लगाना पेगा तो वह बहुत वही सर्जरी होंगी है पेशेंट वास्ते। तो 3 महीने के करीब तो इन्होंने बैड रेस्ट ही दसी गई थी पर इतने राणा हॉस्पिटल जाके भाई साहब ने ऑपरेशन कराया एडवांस टेक्नोलॉजी ऑपरेट होया पेट तो कोई चीरा नहीं लगाना पाया नीचों ही ऑपरेशन होया। इन्होंने ऑपरेशन कोई दर्द नहीं हुई, ऑपरेशन तो बाद कोई दर्द नहीं हुई, ऑपरेशन तो बाद नाल दी नाल बहुत कंफर्ट फील किया इन्होंने जिमें दसिया भाई साहब ने अपन अपना एक्सपीरियंस। तो आने वाले टाइम के जोड़े लोग इस बीमारी के नाल पीड़ित ने तुसीं अपने वालों उन्होंने एक मैसेज दो कि उन्होंने की करना चाहिए। बिल्कुल, अगर उन्होंने इस तरीके की कोई प्रॉब्लम हैगी तो बेफिक्र होकर आके बिना निश्चिंत होकर नाराणा होस्पिटल ते आन अपना दिखाओ, डॉक्टर साहब नूं बिल्कुल सही गाइड करनगे। अगर ऑपरेशन दे लायक होगा ता ही इत्थे ऑपरेशन करदे, अदरवाइज दवाइयां नाल अगर ठीक होंदा होगा दवाइयां नाल भी ठीक कर देंगे। तो मैं ही कहूँगा सब तो बेस्ट पंजाब से अगर मैं समझदा किसी राणा होस्पिटल। थैंक यू भाई साहब, थोड़े गल करके बहुत बहुत वधिया लग्या। थैंक यू, धन्यवाद। आई एम हैप्पी।